ਹੈਲੋ ਦੋਸਤੋ ਤੁਹਾਡਾ ਸਾਰਿਆਂ ਦਾ ਸਾਡੇ ਇਸ ਚੈਨਲ ਜਨਨ ਨੋਲਜ ਵਿਲਾਪਰ ਬਹੁਤ ਸਵਾਗਤ ਹੈ ਤਾਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਪੀਐਸਪੀਸੀਐਲ ਲਾਈਨਮੈਨ ਪ੍ਰਤੀ ਬਾਰੇ ਇੱਕ ਜਿਹੜੀ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਉਸ ਸੰਬੰਧੀ ਜਾਣਕਾਰੀ ਦੇਣ ਜਾ ਰਿਹਾ ਹਾਂ ਤਾਂ ਦੋਸਤੋ ਜਿਨ੍ਹਾਂ ਵੀ ਕੈਂਡੀਡੇਟਸ ਨੇ ਅਸਿਸਟੈਂਟ ਲਾਈਨਮੈਨ ਦਾ ਜਿਹੜਾ ਪੇਪਰ 21122 ਨੂੰ ਦਿੱਤਾ ਸੀ ਉਸ ਸੰਬੰਧੀ ਪੀਐਸਪੀਸੀਐਲ ਦੀ ਅਫੀਸ਼ੀਅਲ ਵੈਬਸਾਈਟ ਉੱਪਰ ਜਿਹੜੀ ਆਨਸਰ ਕੀ ਅਪਲੋਡ ਕਰ ਦਿੱਤੀ ਗਈ ਹੈ ਅਤੇ ਇਹਨਾਂ ਨੇ ਜਿਹੜੇ ਓਬਜੈਕਸ਼ਨਸ ਵੀ ਮੰਗ ਲਏ ਨੇ ਤਾਂ ਦੋਸਤੋ ਕੀ ਪ੍ਰੋਸੈਸ ਰਹਿਣ ਵਾਲਾ ਹੈ ਅਤੇ ਕਦੋਂ ਤੱਕ ਤੁਸੀਂ ਜਿਹੜੇ ਓਬਜੈਕਸ਼ਨ ਆਪਣੇ ਲਗਾ ਸਕਦੇ ਹੋ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਦਿੱਤੀ ਜਾਵੇਗੀ ਪਰ ਇਸ ਤੋਂ ਪਹਿਲਾਂ ਮੈਂ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਬੈਲ ਆਈਕਨ ਦਬੋ ਤਾਂ ਕਿ ਆਉਣ ਵਾਲੀ ਹਰ ਇੱਕ ਜੌਬ ਬਾਰੇ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਤੇ ਟਾਈਮ ਟੂ ਟਾਈਮ ਮਿਲ ਸਕੇ ਤਾਂ ਦੋਸਤੋ ਤੁਸੀਂ ਪੀਐਸਪੀਸੀਐਲ ਦੀ ਅਫੀਸ਼ੀਅਲ ਵੈਬਸਾਈਟ ਉੱਪਰ ਜਾ ਕੇ ਜਿਹੜਾ ਆਪਣਾ ਤੁਸੀਂ ਓਬਜੈਕਸ਼ਨ ਲਗਾ ਸਕਦੇ ਹੋ ਲਿੰਕ ਤੁਹਾਨੂੰ ਜਿਹੜਾ ਇਸ ਦੀ ਵੈਬਸਾਈਟ ਉੱਪਰ ਮਿਲ ਜਾਵੇਗਾ ਆਪਣੇ ਯੂਜ਼ਰ ਆਈਡੀ ਤੇ ਪਾਸਵਰਡ ਲਗਾ ਕੇ ਤੁਸੀਂ ਜਿਹੜੀ ਆਨਸਰ ਕੀ ਵੀ ਚੈੱਕ ਕਰ ਸਕੋਗੇ ਤੇ ਦੋਸਤੋ ਜਿਹੜਾ ਇਤਰਾਜ਼ ਲਗਾਉਣ ਦਾ ਟਾਈਮ ਹੈ 4/11/2022 ਤੋਂ 7/11/2022 ਤੱਕ ਰੱਖਿਆ ਗਿਆ ਹੈ ਤੇ ਸਾਰੀ ਜਾਣਕਾਰੀ ਤੁਸੀਂ ਇਹਨਾਂ ਦੀ ਜਿਹੜੀ ਆਫੀਸ਼ੀਅਲ ਵੈਬਸਾਈਟ ਉੱਪਰ ਜਿਹੜਾ ਆਫੀਸ਼ੀਅਲ ਨੋਟੀਫਿਕੇਸ਼ਨ ਆਇਆ ਹੈ ਉੱਥੇ ਦੇਖ ਸਕਦੇ ਹੋ ਤਾਂ ਦੋਸਤੋ ਤੁਸੀਂ ਆਪਣੀ ਜਿਹੜੀ ਆਨਸਰ ਕੀ ਜਰੂਰ ਚੈੱਕ ਕਰ ਲੈਣੀ ਹੈ ਆਨਸਰ ਕੀ ਨਾਲ ਤੁਹਾਨੂੰ ਇੱਕ ਜਿਹੜਾ ਆਈਡੀਆ ਹੋ ਜਾਵੇਗਾ ਕਿ ਤੁਹਾਡੇ ਜਿਹੜੇ ਕਿੰਨੇ ਆਨਸਰ ਜਿਹੜੇ ਸਹੀ ਨੇ ਅਤੇ ਕਿੰਨੇ ਗਲਤ ਨੇ ਤੁਸੀਂ ਆਪਣਾ ਨੰਬਰਾਂ ਦਾ ਜਿਹੜਾ ਹਿਸਾਬ ਕਿਤਾਬ ਲਗਾ ਸਕਦੇ ਹੋ ਤਾਂ ਦੋਸਤੋ ਏਸੀਪੀਐਸਪੀਸੀਐਲ ਵੱਲੋਂ ਆਈ ਇੱਕ ਨਵੀਂ ਜਾਣਕਾਰੀ ਅਤੇ ਇਸੇ ਤਰ੍ਹਾਂ ਹੋਰ ਨਾ ਜੌਬ ਸੰਬੰਧੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ ਚੈਨਲ ਨਾਲ ਲਗਾਤਾਰ ਜੁੜੇ ਰਹੋ ਅਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ